ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਈ ਵੀਰਾਂ ਦੇ ਫੋਨ ਕਾਲ ਤੇ ਮੈਸੇਜ ਆਏ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਨਿਊਜ਼ੀਲੈਂਡ ਤੇ ਵੀਡੀਓ ਕਰਾਂ। ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਨਿਊਜ਼ੀਲੈਂਡ ਬਾਰੇ ਕੁਝ ਰੌਚਕ ਤੱਥ। ਸੋ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਨਿਊਜ਼ੀਲੈਂਡ ਆਸਟ੍ਰੇਲੀਆ ਤੋਂ 1000 ਕਿਲੋਮੀਟਰ ਦੂਰ ਦੋ ਵੱਡੇ 600 ਛੋਟੇ ਆਈਲੈਂਡ ਤੇ ਵਸਿਆ ਹੋਇਆ ਇੱਕ ਬਹੁਤ ਹੀ ਸੋਹਣਾ ਦੇਸ਼ ਹੈ ਤੇ ਇੱਥੋਂ ਦਾ ਸਭ ਤੋਂ ਵੱਡਾ ਸ਼ਹਿਰ ਔਕਲੈਂਡ ਹੈ। ਇਹ ਦੇਸ਼ 2,68,021 ਸਕੁਏਅਰ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈ। ਇੱਥੋਂ ਦੀ ਆਬਾਦੀ ਲਗਭਗ 48 ਲੱਖ ਹੈ, ਜਿਹਦੇ ਵਿੱਚੋਂ 48% ਲੋਕ ਈਸਾਈ ਧਰਮ ਨੂੰ ਮੰਨਦੇ ਨੇ, 6% ਦੇ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਬੋਧ ਆਉਂਦੇ ਨੇ। ਇਸ ਤੋਂ ਇਲਾਵਾ ਇੱਥੋਂ ਦੇ 42% ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਇਸ ਵੀਡੀਓ ਵਿੱਚ ਮੈਂ ਨਿਊਜ਼ੀਲੈਂਡ ਬਾਰੇ ਤੁਹਾਨੂੰ ਹੋਰ ਵੀ ਕਈ ਕਮਾਲ ਦੇ ਤੱਥ ਦੱਸੂਗਾ। ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਨਿਊਜ਼ੀਲੈਂਡ ਦਾ ਸਮੁੰਦਰੀ ਤੱਟ 14,000 ਕਿਲੋਮੀਟਰ ਲੰਬਾ ਹੈ, ਜਿਹੜਾ ਇਸ ਨੂੰ 10ਵਾਂ ਸਭ ਤੋਂ ਵੱਡਾ ਸਮੁੰਦਰੀ ਤੱਟ ਵਾਲਾ ਦੇਸ਼ ਬਣਾਉਂਦਾ ਹੈ। ਇਸ ਲਈ ਇੱਥੋਂ ਦੀ ਕੋਈ ਵੀ ਜਗ੍ਹਾ ਸਮੁੰਦਰੀ ਤੱਟ ਤੋਂ 128 ਕਿਲੋਮੀਟਰ ਦੀ ਦੂਰੀ ਤੋਂ ਜ਼ਿਆਦਾ ਦੂਰ ਨਹੀਂ ਹੈ। ਨਿਊਜ਼ੀਲੈਂਡ ਦੀ ਇਸ ਟਾਈਮ ਰਾਜਧਾਨੀ ਬਲਿੰਗਟਨ ਹੈ, ਪਰ ਇਸ ਤੋਂ ਪਹਿਲਾਂ 1865 ਤੱਕ ਇੱਥੋਂ ਦੀ ਰਾਜਧਾਨੀ ਔਕਲੈਂਡ ਸੀ। ਇੱਥੋਂ ਦੀ ਰਾਜਧਾਨੀ ਬਲਿੰਗਟਨ ਨੂੰ ਰਹਿਣ ਸਹਿਣ ਲਈ ਬਹੁਤ ਚੰਗਾ ਸ਼ਹਿਰ ਮੰਨਿਆ ਜਾਂਦਾ ਹੈ। ਨਿਊਜ਼ੀਲੈਂਡ 'ਚ ਪਾਈ ਜਾਣ ਵਾਲੀ ਹਿਕਟਾਸ ਡੋਲਫਿਨ 1.4 ਮੀਟਰ ਲੰਬੀ ਹੁੰਦੀ ਹੈ। ਇਹ ਦੁਨੀਆ ਦੀ ਸਭ ਤੋਂ ਛੋਟੀ ਡੋਲਫਿਨ ਵਿੱਚੋਂ ਇੱਕ ਹੈ। ਮਾਊਂਟ ਐਵਰੈਸਟ 'ਤੇ ਸਭ ਤੋਂ ਪਹਿਲਾਂ ਚੜ੍ਹਨ ਵਾਲੇ ਇਨਸਾਨ ਸਰ ਐਡਮਿਨ ਹਲੇਰੀ ਨਿਊਜ਼ੀਲੈਂਡ ਤੋਂ ਹੀ ਸਨ। ਇਹਨਾਂ ਨੇ ਨੇਪਾਲ ਦੇ ਤੇਂਜਿੰਗ ਨੋਰਗੇ ਦੇ ਨਾਲ 29 ਮਈ 1953 ਦੇ ਵਿੱਚ ਇਹ ਰਿਕਾਰਡ ਬਣਾਇਆ ਸੀ। ਨਿਊਜ਼ੀਲੈਂਡ 'ਚ ਇੱਕ ਗੈਂਟ ਬੇਟਾ ਨਾਮ ਦਾ ਕੀੜਾ ਪਾਇਆ ਜਾਂਦਾ ਹੈ, ਜਿਹੜਾ ਦੁਨੀਆ ਦਾ ਸਭ ਤੋਂ ਭਾਰੀ ਕੀੜਾ ਹੈ। ਇਹ ਇੱਕ ਚਿੜੀ ਨਾਲੋਂ ਵੀ ਜ਼ਿਆਦਾ ਭਾਰੀ ਹੁੰਦਾ ਹੈ ਅਤੇ ਦੇਖਣ ਦੇ ਵਿੱਚ ਇੱਕ ਵੱਡੇ ਕਾਕਰੋਚ ਦੀ ਤਰ੍ਹਾਂ ਲੱਗਦਾ ਹੈ। ਨਿਊਜ਼ੀਲੈਂਡ ਦਾ ਏਰੀਆ ਲਗਭਗ ਇੰਗਲੈਂਡ ਦੇ ਏਰੀਏ ਦੇ ਬਰਾਬਰ ਹੈ, ਪਰ ਇੱਥੇ ਹੀ ਇੰਗਲੈਂਡ ਦੀ ਆਬਾਦੀ 6,30,00,000 ਹੈ, ਜਦਕਿ ਨਿਊਜ਼ੀਲੈਂਡ ਦੀ ਆਬਾਦੀ ਸਿਰਫ 48 ਲੱਖ ਹੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੁਨੀਆ ਦੀ ਘੱਟ ਆਬਾਦੀ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਵੀ ਆਉਂਦਾ ਹੈ। ਦੁਨੀਆ ਦੀ ਸਭ ਤੋਂ ਜ਼ਿਆਦਾ ਸਾਫ਼ ਪਾਣੀ ਦੀ ਝੀਲ ਬਲੂ ਲੇਕ ਵੀ ਨਿਊਜ਼ੀਲੈਂਡ ਦੇ ਵਿੱਚ ਹੀ ਹੈ। ਨਿਊਜ਼ੀਲੈਂਡ ਨੂੰ ਦੁਨੀਆ ਦੇ ਸ਼ਾਂਤੀ ਪਸੰਦ ਦੇਸ਼ਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਿਊਜ਼ੀਲੈਂਡ ਦਾ ਨੈਸ਼ਨਲ ਸਿੰਬਲ ਕੀਵੀ ਹੈ। ਇਹ ਇੱਕ ਨਾ ਉੱਡ ਸਕਣ ਵਾਲੀ ਚਿੜੀ ਹੈ। ਇਹ ਚਿੜੀ ਦੀ ਵਜ੍ਹਾ ਨਾਲ ਹੀ ਨਿਊਜ਼ੀਲੈਂਡ ਦੇ ਲੋਕਾਂ ਨੂੰ ਕੀਵੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਿਊਜ਼ੀਲੈਂਡ ਵਿੱਚ ਹੀ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਪੈਂਗੂਇਨ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਔਰਤ ਨੂੰ ਵੋਟ ਦੇਣ ਦਾ ਅਧਿਕਾਰ ਨਿਊਜ਼ੀਲੈਂਡ ਨੇ ਹੀ ਦਿੱਤਾ ਸੀ। ਇਹ ਅਧਿਕਾਰ ਉਸ ਨੇ 1893 ਦੇ ਵਿੱਚ ਦਿੱਤਾ ਸੀ। ਨਿਊਜ਼ੀਲੈਂਡ ਦੇ ਗੁਆਂਢੀ ਦੇਸ਼ ਆਸਟ੍ਰੇਲੀਆ ਦੇ ਵਿੱਚ 10 ਸਭ ਤੋਂ ਜ਼ਿਆਦਾ ਖਤਰਨਾਕ ਸੱਪਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ, ਜਦਕਿ ਨਿਊਜ਼ੀਲੈਂਡ ਵਿੱਚ ਇੱਕ ਵੀ ਸੱਪ ਨਹੀਂ ਹੈ। ਜੇਕਰ ਫਿਰ ਵੀ ਕਿਤੇ ਤੁਹਾਨੂੰ ਇੱਥੇ ਸੱਪ ਦਿਸ ਜਾਂਦਾ ਹੈ ਤਾਂ ਤੁਹਾਨੂੰ ਪੁਲਿਸ ਨੂੰ ਸੂਚਨਾ ਦੇਣਾ ਜ਼ਰੂਰੀ ਹੈ। ਕਟੀਪੋ ਅਤੇ ਰੈੱਡ ਬੈਕ ਸਪਾਈਡਰ ਨੂੰ ਛੱਡ ਕੇ ਨਿਊਜ਼ੀਲੈਂਡ ਦੇ ਵਿੱਚ ਜ਼ਹਿਰੀਲਾ ਜਾਂ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਜੀਵ ਨਹੀਂ ਹੈ। ਤੁਸੀਂ ਅੱਜ ਤੱਕ ਸਿਰਫ 7 ਮਹਾਂਦੀਪਾਂ ਦੇ ਬਾਰੇ ਹੀ ਸੁਣਿਆ ਹੋਵੇਗਾ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਿਊਜ਼ੀਲੈਂਡ ਇੱਕ ਅਲੱਗ ਮਹਾਂਦੀਪ ਤੇ ਵਸਿਆ ਹੋਇਆ ਹੈ। ਇਸ ਮਹਾਂਦੀਪ ਦਾ 93% ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਅਤੇ ਇਸ ਦਾ ਜਿਹੜਾ 7% ਭਾਗ ਪਾਣੀ ਦੇ ਬਾਹਰ ਹੈ ਉਸ ਦੇ ਉੱਪਰ ਹੀ ਨਿਊਜ਼ੀਲੈਂਡ ਵਸਿਆ ਹੋਇਆ ਹੈ। ਪਰ ਇਹ ਮਹਾਂਦੀਪ ਅੱਜ ਤੋਂ 2 ਕਰੋੜ ਸਾਲ ਪਹਿਲਾਂ ਪਾਣੀ ਦੇ ਵਿੱਚ ਡੁੱਬਿਆ ਨਹੀਂ ਸੀ। ਇਸ ਮਹਾਂਦੀਪ ਨੂੰ ਜੀਲੈਂਡ ਕਿਹਾ ਜਾਂਦਾ ਹੈ। ਉਮਰ ਦੇ ਲਿਹਾਜ਼ ਨਾਲ ਨਿਊਜ਼ੀਲੈਂਡ ਨੂੰ ਇੱਕ ਨਵਾਂ ਦੇਸ਼ ਹੀ ਮੰਨਿਆ ਜਾਂਦਾ ਹੈ, ਜਿਸ ਦੀ ਉਮਰ ਤਕਰੀਬਨ 400 ਸਾਲ ਹੀ ਹੈ। ਨਿਊਜ਼ੀਲੈਂਡ ਦੀ ਕਰੰਸੀ ਨਿਊਜ਼ੀਲੈਂਡ ਡਾਲਰ ਹੈ, ਜਿਹੜਾ ਇੰਡੀਆ ਦੇ 47 ਰੁਪਈਏ ਦੇ ਬਰਾਬਰ ਹੈ। ਨਿਊਜ਼ੀਲੈਂਡ ਵਿੱਚ ਬੋਲੀ ਜਾਣ ਵਾਲੀ ਅਫੀਸ਼ੀਅਲ ਲੈਂਗੁਏਜ ਇੰਗਲਿਸ਼, ਮਾਓਰੀ ਤੇ ਨਿਊਜ਼ੀਲੈਂਡ ਸਾਈਨ ਲੈਂਗੁਏਜ ਹੈ। ਨਿਊਜ਼ੀਲੈਂਡ ਦੀ ਸਾਈਨ ਲੈਂਗੁਏਜ ਇੱਕ ਅਜਿਹੀ ਲੈਂਗੁਏਜ ਹੈ ਜਿਸ ਨੂੰ ਇਸ਼ਾਰਿਆਂ ਦੇ ਨਾਲ ਸਮਝਿਆ ਜਾਂ ਸਮਝਾਇਆ ਜਾਂਦਾ ਹੈ। ਇਸ ਇਸ਼ਾਰਿਆਂ ਦੀ ਭਾਸ਼ਾ ਨੂੰ ਇੱਥੇ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਪ੍ਰਾਪਤ ਹੈ। ਅਜਿਹਾ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਮੋਟੇ ਇਨਸਾਨਾਂ ਨੂੰ ਨਿਊਜ਼ੀਲੈਂਡ ਆਸਾਨੀ ਨਾਲ ਵੀਜ਼ਾ ਨਹੀਂ ਦਿੰਦਾ। ਆਸਟ੍ਰੇਲੀਆ ਦੇ ਕੌਨਸਟੀਟਿਊਸ਼ਨ 'ਚ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਦਾ ਇੱਕ ਹਿੱਸਾ ਬਣਾਇਆ ਗਿਆ ਹੈ, ਇਸ ਲਈ ਨਿਊਜ਼ੀਲੈਂਡ ਦੇ ਲੋਕ ਜਦੋਂ ਚਾਹੁਣ ਉਦੋਂ ਹੀ ਆਸਟ੍ਰੇਲੀਆ ਜਾ ਸਕਦੇ ਨੇ। 2006 ਦੇ ਵਿੱਚ ਆਸਟ੍ਰੇਲੀਆ ਦੇ ਇੱਕ ਇਨਸਾਨ ਨੇ ਨਿਊਜ਼ੀਲੈਂਡ ਨੂੰ ਵੇਚਣ ਲਈ ebay.com ਤੇ ਇੱਕ ਬੋਲੀ ਲਗਾਈ ਸੀ, ਹਾਲਾਂਕਿ ਕੁਝ ਹੀ ਮਿੰਟਾਂ ਬਾਅਦ ਉਸ ਇਨਸਾਨ ਵੱਲੋਂ ਪਾਈ ਗਈ ਐਡ ਨੂੰ ਡਿਲੀਟ ਕਰ ਦਿੱਤਾ ਗਿਆ। ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਯੂਰਪ ਤੋਂ ਆਏ ਨੇ। ਵਰਲਡ ਕਰਪਸ਼ਨ ਇੰਡੈਕਸ ਦੇ ਮੁਤਾਬਕ ਡੈਨਮਾਰਕ ਤੋਂ ਬਾਅਦ ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟਾਚਾਰ ਵਾਲਾ ਦੂਜਾ ਦੇਸ਼ ਹੈ, ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰ ਹੈ। ਇਸ ਲਈ ਨਿਊਜ਼ੀਲੈਂਡ ਦੇਸ਼ ਨੂੰ ਇੱਕ ਇਮਾਨਦਾਰ ਦੇਸ਼ ਵੀ ਕਿਹਾ ਜਾਂਦਾ ਹੈ। ਇੱਥੋਂ ਦੀ ਕੈਪੀਟਲ ਸਿਟੀ ਬਲਿੰਗਟਨ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਇਸ ਦੁਨੀਆ ਦੇ ਸਭ ਤੋਂ ਜ਼ਿਆਦਾ ਦੱਖਣ ਦੇ ਏਰੀਏ ਦੇ ਵਿੱਚ ਆਉਂਦਾ ਹੈ। ਨਿਊਜ਼ੀਲੈਂਡ ਦੀ ਕੁੜੀਆਂ ਨੂੰ ਵੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਸੋਹਣੀਆਂ ਮੰਨਿਆ ਜਾਂਦਾ ਹੈ। ਕੀਵੀ ਚਿੜੀ ਤੋਂ ਇਲਾਵਾ ਵੀ ਨਿਊਜ਼ੀਲੈਂਡ ਦੇ ਵਿੱਚ ਇੱਕ ਕੀਵੀ ਫਲ ਪਾਇਆ ਜਾਂਦਾ ਹੈ।
ਨਿਊਜ਼ੀਲੈਂਡ ਦੇ ਵਸਨੀਕ ਮੌਇਰੀ ਲੋਕ ਕਾਫੀ ਵਿਚਿੱਤਰ ਅਤੇ ਅਜੀਬ ਹੁੰਦੇ ਨੇ। ਇਹਨਾਂ ਦੇ ਸਾਰੇ ਸਰੀਰ ਦੇ ਉੱਪਰ ਕਾਫੀ ਅਜੀਬ ਤਰ੍ਹਾਂ ਦੇ ਟੈਟੂ ਬਣੇ ਹੋਏ ਹੁੰਦੇ ਨੇ। ਨਿਊਜ਼ੀਲੈਂਡ ਵਿੱਚ ਗੁੱਡ ਫਰਾਈਡੇ, ਕ੍ਰਿਸਮਸ ਅਤੇ ਹੋਰ ਤਿਉਹਾਰਾਂ ਤੇ ਟੀਵੀ ਉੱਪਰ ਐਡ ਦੇਣ ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਨਿਊਜ਼ੀਲੈਂਡ ਵਿੱਚ ਕੁੱਲ ਭੇਡਾਂ ਦੀ ਸੰਖਿਆ ਇੱਥੋਂ ਦੀ ਆਬਾਦੀ ਦਾ 9 ਗੁਣਾ ਹੈ। ਨਿਊਜ਼ੀਲੈਂਡ ਦੀ ਵਾਲਬਲਿਨ ਸਟਰੀਟ ਨੂੰ ਕਾਫੀ ਅਜੀਬ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਹੜੀ ਕਿ ਉੱਪਰ ਤੋਂ ਥੱਲੇ ਤੱਕ 38 ਡਿਗਰੀ ਦੀ ਢਾਲ ਤੇ ਬਣੀ ਹੈ। ਔਕਲੈਂਡ ਦੇ ਵਿੱਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੀ ਬੋਟ ਨੇ। ਨਿਊਜ਼ੀਲੈਂਡ ਦੇ ਵਿੱਚ ਇੱਕ ਜਗ੍ਹਾ ਦਾ ਨਾਮ 85 ਮਿਓਰੀ ਅੱਖਰਾਂ ਦੇ ਵਿੱਚ ਹੈ, ਜਿਸ ਨੂੰ ਕਿ ਪੜ੍ਹ ਪਾਉਣਾ ਲਗਭਗ ਮੁਸ਼ਕਲ ਹੀ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਆਦਮੀ ਪ੍ਰਤੀ ਹੈਲੀਕਾਪਟਰ ਵੀ ਨਿਊਜ਼ੀਲੈਂਡ ਦੇ ਵਿੱਚ ਹੀ ਪਾਏ ਜਾਂਦੇ ਨੇ। ਨਿਊਜ਼ੀਲੈਂਡ ਦਾ ਜ਼ਿਆਦਾਤਰ ਏਰੀਆ ਪਹਾੜੀ ਹੈ। ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ 122 ਸੀਟਾਂ ਨੇ। ਨਿਊਜ਼ੀਲੈਂਡ ਦੇ ਵਿੱਚ ਸਿਰਫ ਦੋ ਪਾਰਟੀਆਂ ਹੀ ਇਲੈਕਸ਼ਨ ਲੜਦੀਆਂ ਨੇ, ਇੱਕ ਹੈ ਨੈਸ਼ਨਲ ਪਾਰਟੀ ਅਤੇ ਦੂਸਰੀ ਹੈ ਲੇਬਰ ਪਾਰਟੀ। ਨਿਊਜ਼ੀਲੈਂਡ ਬਾਰੇ ਇੱਕ ਹੈਰਾਨੀਜਨਕ ਫੈਕਟ ਇਹ ਵੀ ਹੈ ਕਿ ਨਿਊਜ਼ੀਲੈਂਡ ਦੀ ਕੁਈਨ ਵੀ ਇੰਗਲੈਂਡ ਦੀ ਕੁਈਨ ਐਲਿਜ਼ਾਬੈਥ ਹੀ ਹੈ, ਜੋ ਇੱਥੋਂ ਦੇ ਵਸਨੀਕ ਮੌਰੀ ਲੋਕ ਨੇ। ਉਹ ਇੱਥੇ 1000 AD ਦੇ ਵਿੱਚ ਪੋਲੀਨੇਸ਼ੀਆ ਤੋਂ ਆ ਕੇ ਵਸੇ ਸਨ। ਨਿਊਜ਼ੀਲੈਂਡ ਦੇ ਲੋਕ ਸਭ ਤੋਂ ਜ਼ਿਆਦਾ ਲੰਬੀ ਜ਼ਿੰਦਗੀ ਜਿਉਂਦੇ ਨੇ। ਨਿਊਜ਼ੀਲੈਂਡ ਦੇ ਵਿੱਚ ਆਦਮੀਆਂ ਦੀ ਔਸਤਨ ਉਮਰ 82 ਸਾਲ, ਔਰਤਾਂ ਦੀ ਔਸਤਨ ਉਮਰ 78 ਸਾਲ ਹੈ। ਨਿਊਜ਼ੀਲੈਂਡ ਵਿੱਚ ਇਨਸਾਨਾਂ ਨਾਲੋਂ 3 ਗੁਣਾ ਜ਼ਿਆਦਾ ਗਾਵਾਂ ਨੇ। ਨਿਊਜ਼ੀਲੈਂਡ ਦੀ ਸਭ ਤੋਂ ਪਸੰਦੀਦਾ ਖੇਡ ਕ੍ਰਿਕਟ ਨਹੀਂ ਰਗਬੀ ਹੈ, ਰਗਬੀ ਹੀ ਨਿਊਜ਼ੀਲੈਂਡ ਦਾ ਰਾਸ਼ਟਰੀ ਖੇਡ ਹੈ। ਇੱਥੋਂ ਦੀ ਰਗਬੀ ਟੀਮ ਨੂੰ ਆਲ ਬਲੈਕ ਵੀ ਕਿਹਾ ਜਾਂਦਾ ਹੈ। ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਬਾਅਦ ਉਹਨਾਂ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ। ਇਹ ਸਨ ਕੁਝ ਅਜੀਬੋ ਗਰੀਬ ਫੈਕਟ ਨਿਊਜ਼ੀਲੈਂਡ ਬਾਰੇ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ, ਅਤੇ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰੋ। ਧੰਨਵਾਦ।